ਬਾਜੀ ਆ ਰੱਖੜੀ ਨਹੀਂ ਜਿਹਦੇ ਤੇ ਚੰਦਨ ਹੁੰਦਾ ਨਾ ਖੁਸ਼ਬੂ ਆਉਂਦੀ ਹੁੰਦੀ ਆ ਉਹ ਰੱਖੜੀ ਦਿਖਾਓ ਨਾਲ ਇੱਕ ਖੰਮਣ ਵੀ ਦਿਖਾ ਦਿਓ ਮਨਪ੍ਰੀਤ ਤੂੰ ਭਾਬੀ ਤੁਸੀਂ ਕੀ ਹਾਲ ਆ ਤੁਹਾਡਾ ਉਹ ਮੇਰਾ ਹਾਲ ਤਾਂ ਠੀਕ ਆ ਮੇਰੇ ਹਾਲ ਨੂੰ ਕੀ ਹੋਣਾ ਪਰ ਤੂੰ ਇੱਥੇ ਉਹ ਰੱਖੜੀਆਂ ਲੈਣ ਆਈ ਆ ਹਾਂਜੀ ਭਾਬੀ ਰੱਖੜੀਆਂ ਹੀ ਲੈਣ ਆਈ ਸੀਗੀ ਇੱਥੋਂ ਨਾ ਬਹੁਤ ਵਧੀਆ ਤੇ ਫੈਂਸੀ ਰੱਖੜੀਆਂ ਮਿਲ ਜਾਂਦੀਆਂ ਨੇ ਉਹ ਤਾਂ ਮੈਨੂੰ ਪਤਾ ਪਰ ਮਠਿਆਈ ਨਾ ਜਲਈ ਜੇ ਲੈ ਕੇ ਆਏਂਗੀ ਨਾ ਕੱਲ ਨੂੰ ਲਈ ਤੇ ਤਾਜ਼ੀ ਲੈ ਕੇ ਆਈ ਉਹ ਭਾਬੀ ਮੈਂ ਪਾਗਲ ਥੋੜੀ ਆ ਕੱਲ ਦੀ ਡੱਬਾ ਲੈ ਕੇ ਆਉਂਗੀ ਤੇ ਤਾਜ਼ਾ ਹੀ ਲੈ ਕੇ ਆਉਂਗੀ ਉਹ ਲੈ ਮੈਂ ਤਾਂ ਤੈਨੂੰ ਵੈਸੇ ਹੀ ਸਹਿਜ ਸੁਭਾ ਕਹਿਤਾ ਤੂੰ ਮੈਨੂੰ ਖਿਜ ਖਿਜ ਕੇ ਪਈ ਜਾਨੀ ਆ ਭਾਬੀ ਖਿਜਣਾ ਤਾਂ ਹੋਰ ਕੀ ਕਰਾਂ ਤੁਸੀਂ ਖਿਜਣ ਵਾਲੀ ਗੱਲ ਹੀ ਕਰਦੇ ਹੋ ਮੈਂ ਬਹੁਤ ਵਾਰ ਨੋਟ ਕੀਤਾ ਤੁਸੀਂ ਹਮੇਸ਼ਾ ਨਾ ਲਾ ਕੇ ਗੱਲ ਕਰਦੇ ਹੋ ਭਾਬੀ ਮੈਂ ਅੱਜ ਦੀ ਤਾਂ ਰੱਖੜੀ ਬੰਨਦੀ ਨਹੀਂ ਹੈਗੀ ਕਿੰਨੇ ਸਾਲ ਹੋ ਗਏ ਮੈਨੂੰ ਰੱਖੜੀ ਬੰਨਦੀ ਨੂੰ ਕਿਵੇਂ ਬੋਲਣ ਲੱਗੀ ਹੋਈ ਆ ਮੈਨੂੰ ਥਾਂ ਟਿਕਾਣਾ ਨਹੀਂ ਦੇਖਦੀ ਕਿਵੇਂ ਮੇਰੀ ਬੇਇੱਜ਼ਤੀ ਲੱਗੀ ਹੋਈ ਆ ਕਰਨ ਕੋਈ ਨਾ ਤੈਨੂੰ ਤਾਂ ਮੈਂ ਦੱਸਦੀ ਆ ਵੈਸੇ ਮਨਪ੍ਰੀਤ ਤੂੰ ਕਿੰਨੇ ਵਜੇ ਆਣਾ ਕੱਲ ਨੂੰ ਮੈਂ ਕੱਲ ਨੂੰ ਆਪਾਂ ਕਿੰਨੇ ਕੁ ਵਜੇ ਤੱਕ ਚੱਲਾਂਗੇ ਜੀ 10 ਕੁ ਵਜੇ ਚੱਲਾਂਗੇ 10:30 ਪਹੁੰਚ ਜਾਾਂਗੇ ਆਪਾਂ ਭਾਬੀ ਮੈਂ 10:30 ਵਜੇ ਆ ਜਾਵਾਂਗੀ 10:30 ਠੀਕ ਆ ਠੀਕ ਆ ਭਾਬੀ ਫਿਰ ਆਪਾਂ ਕੱਲ ਨੂੰ ਮਿਲਦੇ ਆ ਦਿਖਾਇਓ ਵੀਰੇ ਰੱਖੜੀ ਮਨਪ੍ਰੀਤ ਨੂੰ ਮੰਮੀ ਮੈਂ ਸ਼ਗਨ ਹੀ ਕਰਦਾ ਜਾਂ ਫਿਰ ਨਾਲ ਉਹਦੇ ਸੂਟ ਵੀ ਕਰਾਂ ਰੱਖੜੀਆਂ ਦਾ ਮੈਨੂੰ ਸਮਝ ਨਹੀਂ ਆਉਂਦਾ ਪਿਆ ਹਾਂਜੀ ਭਾਬੀ ਲੈ ਭਾਬੀ ਆ ਕੀ ਗੱਲ ਹੁੰਦੀ ਆ ਚਲੋ ਮੈਂ ਗੱਲ ਕਰਕੇ ਦੇਖਦੀ ਆ ਰੁਕੋ ਤੁਸੀਂ ਕੀ ਹੋ ਗਿਆ ਕੀ ਕਹਿੰਦੀ ਤੇਰੀ ਭਾਬੀ ਉਹ ਕਹਿਣਾ ਕੀ ਆ ਭਾਬੀ ਨੂੰ ਮੈਂ ਕਿਹਾ ਸੀ ਵੀ ਅਸੀਂ 12 ਵਜੇ ਤੱਕ ਪਹੁੰਚ ਜਾਾਂਗੇ ਰੱਖੜੀਆਂ ਲਈ ਉਹ ਕਹਿੰਦੇ ਵੀ 12 ਵਜੇ ਤਾਂ ਅਸੀਂ ਜਾਣਾ ਤੂੰ 10 ਵਜੇ ਤੱਕ ਆ ਜੀ 10 ਵਜੇ ਤੱਕ ਹੋਰ ਕੀ ਤੁਹਾਨੂੰ ਪਤਾ ਤਾਂ ਹੈਗਾ ਉਹਦੇ ਸੁਭਾਅ ਦਾ ਪਹਿਲਾਂ ਮੈਂ ਕਰਦੀ ਰਹਿੰਦੀ ਆ ਚੱਲ ਫਿਰ ਮੈਂ ਮਨਪ੍ਰੀਤ ਨੂੰ ਫੋਨ ਕਰਕੇ ਕਹਿ ਦਿੰਦਾ ਕਿ 12 ਵਜੇ ਆ ਜਾਵੇ ਪਹਿਲਾਂ ਉਹ 10 ਵਜੇ ਉਹਨੂੰ ਕਹਿੰਦੀ ਸੀ ਤੁਸੀਂ ਨਾ ਕਰਿਓ ਕੋਈ ਨਾ ਮੈਂ ਫੋਨ ਕਰ ਦਿੰਨੀ ਆ ਮੈਂ ਥੋੜਾ ਪਿਆਰ ਨਾਲ ਸਮਝਾ ਦੂੰਗੀ ਉਹਨੂੰ ਚੱਲ ਠੀਕ ਆ ਫਿਰ ਤੂੰ ਕਰਦੀ ਚਲੋ ਠੀਕ ਆ ਫਿਰ ਆਪਾਂ ਸਵੇਰੇ 9:30 ਤੁਰਨਾ ਯਾਦ ਰੱਖਿਓ ਉਹ ਤੁਰ ਪਾਂਗੇ ਨਾਲੇ ਮੈਂ ਮਨਪ੍ਰੀਤ ਨੂੰ ਫੋਨ ਕਰਦੀ ਆ ਕਰ ਦੇ ਲਿਆ ਮੰਮੀ ਜੇ ਜ਼ਿਆਦਾ ਸਿਰ ਦੁਖਦਾ ਨਾ ਦਵਾਈ ਲੈ ਲਓ ਕੀ ਕਿਹਾ ਸੀ ਮਨਪ੍ਰੀਤ ਹਰ ਗੱਲ ਲਾ ਕੇ ਕਰਦੀ ਆ ਆ ਹੁਣ ਲਾ ਕੇ ਕੀਤੀ ਆ ਇੰਨਾ ਟਾਈਮ ਹੋਈ ਜਾਂਦਾ ਉੱਤੋਂ ਕਿਤੇ ਉਹ ਨਾ ਆ ਜਾਵੇ ਇੱਕ ਇਸ ਬੰਦੇ ਦਾ ਨਹੀਂ ਪਤਾ ਲੱਗਦਾ ਚੱਲੀਏ ਆਪਾਂ ਬਹੁਤ ਟਾਈਮ ਹੋ ਗਿਆ ਹਾਂ ਚੱਲ ਅੱਛਾ ਮੰਮੀ ਆਉਂਦੇ ਹਾਂ ਅਸੀਂ ਚੰਗਾ ਮੰਮੀ ਤਿਉਹਾਰ ਦਾ ਦਿਨ ਆ ਘਰੇ ਕੋਈ ਹੈ ਹੀ ਨਹੀਂ ਗਾ ਮੰਮਾ ਮੰਮਾ ਮਨਪ੍ਰੀਤ ਤੂੰ ਆ ਜਾ ਪੁੱਤ ਆ ਤਾਂ ਮੈਂ ਮੰਮੀ ਗਈ ਪਰ ਵੀਰਾ ਤੇ ਭਾਬੀ ਤਾਂ ਦਿਖਦੇ ਹੀ ਨਹੀਂ ਉਹ ਕਿੱਥੇ ਨੇ ਤੈਨੂੰ ਗਗਨ ਨੇ ਫੋਨ ਕੀਤਾ ਨੀ ਉਹਨੇ ਦੱਸਿਆ ਹੀ ਹੋਣਾ ਵੀ ਉਹਨੇ ਜਾਣਾ ਮੰਮੀ ਮੈਨੂੰ ਭਾਬੀ ਨੇ ਕੋਈ ਫੋਨ ਨਹੀਂ ਕੀਤਾ ਉਹ ਮੈਨੂੰ ਤਾਂ ਸਗੋਂ ਦੀ ਭਾਬੀ ਕੱਲ੍ਹ ਮਿਲੀ ਹੈ ਦੁਕਾਨ ਤੇ ਮੈਂ ਭਾਬੀ ਨੂੰ ਦੱਸਿਆ ਵੀ ਮੈਂ ਸਵੇਰੇ 10:30 ਵਜੇ ਆਉਣਾ ਉਹ ਤਾਂ ਪੁੱਤ ਮੈਨੂੰ ਵੀ ਪਤਾ ਵੀ ਤਾਂ 10:30 ਵਜੇ ਆਉਣਾ ਸੀ ਗਾਹਾਂ ਉਹਦੀ ਭਾਬੀ ਦਾ ਫੋਨ ਆ ਗਿਆ ਸੀ ਉਹ ਤਾਂ ਪੇਕੇ ਗਈ ਆਪਣੇ ਮੰਮੀ ਕਿਉਂ ਮੈਨੂੰ ਕਨਫਿਊਜ਼ ਕਰੀ ਜਾਂਦੇ ਹੋ ਉਹ ਜੇ ਭਾਬੀ ਨੇ ਆਪਣੇ ਪੇਕੇ ਜਾਣਾ ਸੀ ਤਾਂ ਮੈਨੂੂੰ ਤਾਂ ਫੋਨ ਕਰ ਦਿੰਦੇ ਮੈਂ 12 ਵਜੇ ਆ ਜਾਂਦੀ ਉਹੀ ਤਾਂ ਮੈਂ ਤੈਨੂੰ ਕਹਿਣੀ ਪਈ ਹਾਂ ਤੈਨੂੰ ਫੋਨ ਕੀਤਾ ਨਹੀਂ ਉਹਨੇ ਉਹ ਮੰਮੀ ਜੇ ਭਾਬੀ ਨੇ ਮੈਨੂੰ ਫੋਨ ਕੀਤਾ ਹੁੰਦਾ ਤਾਂ ਮੈਂ ਇੰਨੀ ਛੇਤੀ ਕਿਉਂ ਆਉਂਦੀ ਚੱਲ ਫਿਰ ਐਂ ਕਰ ਤੂੰ ਅੰਦਰ ਚੱਲ ਕੇ ਬੈਠ 12 ਵਜੇ ਤੱਕ ਉਡੀਕ ਲਾ ਆ ਜਾਂਦੀ ਹੈ ਮੰਮੀ ਗੱਲ ਉਡੀਕਣ ਦੀ ਨਹੀਂ ਹੈਗੀ ਗੱਲ ਵਿੱਚੋਂ ਇਹ ਆ ਕਿ ਭਾਬੀ ਨੂੰ ਪਤਾ ਸੀ ਵੀ ਮੈਂ 10:30 ਵਜੇ ਆਉਣਾ ਉਹ ਵੀਰੇ ਨੂੰ ਜਾਣ ਕੇ ਇਸ ਟਾਈਮ ਪੇਕੇ ਲੈ ਕੇ ਗਈ ਆ ਹੁਣ ਤੂੰ ਲੜਨਾ ਉਹਦੇ ਨਾਲ ਹੁਣ ਕੋਈ ਹੱਲ ਤਾਂ ਹੈ ਨਹੀਂ ਗਾ ਹੱਲ ਕਿਉਂ ਨਹੀਂ ਹੈਗਾ ਮੰਮੀ ਹੱਲ ਹੈਗਾ ਹੁਣ ਮੈਂ ਭਾਬੀ ਨਾਲ ਇਹੋ ਜਿਹਾ ਕੁਛ ਕਰੂੰਗੀ ਨਾ ਅੱਗੇ ਤੂੰ ਆਹ ਕੰਮ ਨਹੀਂ ਕਰੂਗੀ ਉਹ ਭਾਈ ਤਿਉਹਾਰ ਦਾ ਦਿਨ ਆ ਤੂੰ ਕਲੇਸ਼ ਨਾ ਕਰੀ ਮੰਮੀ ਚਲੋ ਇਹ ਤਾਂ ਕਲੇਸ਼ ਨਹੀਂ ਕਰਦੀ ਜੇ ਘਰ ਦਾ ਜਵਾਈ ਕਲੇਸ਼ ਕਰੂਗਾ ਫਿਰ ਸਵਾਦ ਆ ਜਾਊਗਾ ਨਾ ਸਾਡਾ ਟਾਈਮ ਟਾਈਮ ਨਹੀਂ ਹੈਗਾ
दस मनप्रीत की करना हुण? करना की आ, भाभी दे पेके चल दे आ। ओदे पेके केड़ा ज्यादा दूर ने, आ 20 किलोमीटर ते पे ने। उत्थे जाके वीरे दे रखड़ी बन के आऊंगी। चलो। हाय रब्बा, एक पासे जवाई आ, दूजे पासे खाई आ, की करा मैं। ले वीरे, मेरा गिफ्ट लिया हुण। दे पुत गिफ्ट। ले फड़। ले आ की 500 रुपया। ओ 1100 रुपया तो मेरा रखड़ियां ते लग गया। शर्म कर ला माड़ी मोटी, 500 रुपये फड़ाई जाना। ओ घट्टो घट 2100 तो दे। नहीं पुत, 500 नहीं, ओ नाल 3100 दा सूट भी लाया गया। ओ भगवाने, सूट ता दे कुड़ी नू। हाँ जी हाँ जी, देनी आ। आला पुत, तेरा सूट। मैं नहीं लेना है सूट, तुसी मैनू पैसे ही दे दो। मैं अपनी पसंद दा वधिया चापे जाके देख के लूं। ओ मेरी ओ धी आ, मैनू पता तेरी पसंद दा, ऐ मना नहीं करीदा। रख ला। ले मम्मी, ए ता फिर मेरे नाल धक्का। मैं नहीं धक्का सहंदी। हाँ तू दूजे नाल भावे जिन्ना मर्जी धक्का करी जावे, पर तू ना सही। मनप्रीत तू? हाँ मैं। की भाभी तू चलाकियां जी करी जन्ने मेरे नाल? जब तेनू चंगा भला पता सी वी मैं सवेरे 10:30 आना, तू ओ तो पहला वीर नू लेके अपने पेके पहुंच गई ना, एह की गल बनी? मनप्रीत तेनू गगन ने फोन करके दसिया नहीं के पहला असी इधर आना? वीरे मैनू भाभी ने कोई फोन नहीं किया। जे मैनू फोन किया हुंदा तां मैं अपने टाइम ते पहुंचदी। भाभी चलाकियां करदी पई आ। मैं फोन करना सी ओ पर मैं भुल गई। भुली भाली तू कोई नहीं, तू जान के मेरे नाल जिद कड्डी आ। कोई ना, तू आ रखड़ी तां चंगी तरह याद रखेंगी। मासड़ जी माड़ा साइड ते होयो, बैठ वीरे। कोई भी ऐह जी ताकत नहीं जिहड़ी भैण भरावां दे प्यार नूं अड कर सके, पर तेरे अर्गी परजाई पता नहीं की करदियां ने जिहड़ा भैण भरावां नूं अड कर दिंदियां ने। सोचिया तां मैं इह सी वी तैनूं तेरे पेके आके झंबूंगी, पर अज त्योहार दा दिन आ ते त्योहार तेरे लई वी आ ते तूं मेरी भरजाई लगदी आ। जे तूं मेरी भरजाई वाले कम करने ही नहीं तां गाहां तों मैं अपने भरा नूं ही सिद्धा फोन करिया करूंगी। ਪੁੱਤ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਹੈਗੀ, ਤੂੰ ਇਹ ਚੰਗਾ ਕਰਕੇ ਨਹੀਂ ਆਏਗੀ। ਉਹ ਕਿਸੇ ਦੀਆਂ ਖੁਸ਼ੀਆਂ ਖੋ ਕੇ ਨਾ ਆਪਣੀਆਂ ਖੁਸ਼ੀਆਂ ਨਹੀਂ ਮਨਾਈਦੀਆਂ। ਮੈਨੂੰ ਮੇਰੇ ਭਰਾ ਤੋਂ ਦੂਰ ਕਰਨ ਲੱਗੀ ਸੀ ਨਾ, ਦੇਖ ਉਹ ਪਰਮਾਤਮਾ ਨੇ ਕੈਸੀ ਖੇਡ ਰਚਾਈ ਆ। ਅੱਜ ਤੇਰਾ ਪਿਓ ਹੀ ਤੈਨੂੰ ਗਲਤ ਕਹਿ ਰਿਹਾ। ਸਤਿ ਸ਼੍ਰੀ ਅਕਾਲ ਜੀ, ਇਹ ਵੀਡੀਓ एक खास भैन वालों सानू भेजी गई सी कि हाँ इस चीज़ के उत्ते जरूर वीडियो बनायो, तो यह असल दे विच इदा होया। मैं हुण सिर्फ इन्नी गल कहूँगा, जिहड़ियां भरजाइयां नणदां दे नाल धक्का करदियां रहियां, याद रखियो किते इदा ना होण लग जाए। जे इदा होण लग गया तां बहुत बेइज्जती होणी आ। कोई भी भरजाई आ कदे भी अपने हसबैंड नूं उहदी भैण तों दूर ना करे। टाइम दी सैटिंग जे होई होई आ ना तो टाइम की सैटिंग नू कायम रखो, पता होने के बावजूद भी बिच टंगा नहीं फसाई दियां होंदियां। तो बहुत इदा कर दियां नेगियां, क्यों कर दियो मैं समझ नहीं आता, केड़ी खार आह जी केड़ी जलन या एह जा थोड़ा केड़ा गुस्सा आ जिहड़ा थोड़ा हमेशा जाके नणदा ते निकल जाता। हुण जिहड़ियां नणदा ने उन्होंने वीडियो शेयर जरूर करनी है, क्योंकि सानू बहुत मैसेज आते होंगे ने कि तुसी हमेशा भरजाई नू ठीक दिखा दिंदे हो
नर्द नूं हमेशा गलत दिखाउंदे हो। कई भरजाइयां भी सही नहीं होंदियां हैगियां। जे तुसी इदां करोगे ना तुहानूं पता नहीं लगना किदां किहड़े वेले तुसी अपणियां तों दूर हो जाणा। सो इदां करन दी लोड़ नहीं हैगी। प्यार वंडो, प्यार रखो। साडी सारी टीम वल्लों सब तों पहलां तां रखड़ी दीआं बहुत बहुत मुबारकां। हैप्पी रखड़ी। ते दूजी चीज़ मैं उन्हां वीरां नूं भी कहना चाहुंदा जिहड़े वीर एक एक जण दे मगर लग के अपनी भैन जिहड़ी एको कुखों जम्मे हो तुसीं, है ना, बचपन दे विच खेडे हो, वड्डे होए हो, उह सारीआं गल्लां नूं भुल के इह ना करिआ करो कि चल कोई गल नहीं उहदा बाद च देखांगे, पहलां आपां तेरे वल चल पैंदे आ। जे तुहाडी वाइफ नूं अपने पेके इंपोर्टेंट ने तां तुहानूं भी अपनी भैन इंपोर्टेंट चाहीदी आ, ਉਹ ਵੀ ਜ਼ਰੂਰੀ ਆ। ਬਿਲਕੁਲ, ਕਹਿੰਦਾ ਮਤਲਬ ਇਹ ਆ ਕਿ ਜੇ ਉਹਨੂੰ ਆਪਣੇ ਪੇਕੇ ਜ਼ਰੂਰੀ ਨੇ ਤਾਂ ਤੁਹਾਡੀ ਭੈਣ ਨੂੰ ਵੀ ਆਪਣੇ ਪੇਕੇ ਜ਼ਰੂਰੀ ਨੇ। ਰੱਖੜੀ ਦਾ ਤਿਉਹਾਰ ਅਸਲ 'ਚ ਭੈਣ ਭਰਾ ਦਾ ਹੁੰਦਾ, ਸਾਰਿਆਂ ਨੂੰ ਪਤਾ ਆ, ਠੀਕ ਹੈ ਜੀ। ਸੋ ਇਸ ਤਿਉਹਾਰ ਦੇ ਉੱਤੇ ਨਾ ਐਂ ਭਰਜਾਈਆਂ ਟੰਗ ਜੀ ਨਾ ਫਸਾਇਆ ਕਰੋ। ਕਿਉਂ ਫਸਾਉਂਦੇ ਹੋ, ਸਮਝ ਤੋਂ ਬਾਹਰ ਹੈ। ਖੁਸ਼ੀਆਂ ਦਾ ਤਿਉਹਾਰ ਆ, ਖੁਸ਼ ਖੁਸ਼ ਕੱਟਿਆ ਕਰੋ। ਉੱਧਰ ਵੀ ਜਾਣਾ, ਉੱਧਰ ਵੀ ਜਾਣਾ। ਤੁਹਾਡੇ ਯਾਨੀ ਕਹਿਣ ਦਾ ਮਤਲਬ ਤੁਹਾਡੀ ਨਣਦ ਨੇ ਵੀ ਆਉਣਾ, ਤੁਸੀਂ ਵੀ ਕਿਸੇ ਦੀ ਨਣਦ ਹੋ ਅਤੇ ਤੁਸੀਂ ਵੀ ਕਿਤੇ ਜਾਣਾ। ਪਿਆਰ ਨਾਲ ਮਨਾਓ। ਉਮੀਦ ਆ ਤੁਹਾਨੂੰ ਇਹ ਮੈਸੇਜ ਵਧੀਆ ਲੱਗਿਆ ਹੋਣਾ, ਇਹ ਵੀਡੀਓ ਵਧੀਆ ਲੱਗੀ ਹੋਣੀ ਆ। ਝੰਬਣ ਵਾਲਾ ਡਾਇਲੋਗ ਤਾਂ ਬੜਾ ਘੈਂਟ ਸੀ, ਸਾਨੂੰ ਕਿਤੇ ਆਏ ਸੀ ਕਿ ਸੱਚੀ ਮੁੱਚੀ ਨਾ, ਕਿ ਜਿੱਦਾਂ ਦਾ ਮਾਹੌਲ ਬਣ ਰਿਹਾ ਸੀ ਸੱਚੀ ਮੁੱਚੀ ਨਾ, ਹੈ ਨਾ, ਕਟਾਪਾ ਚੜ੍ਹਦੇ। ਪਰ ਚਲੋ ਕੰਟਰੋਲ ਦੇ ਵਿੱਚ ਸੀਗਾ, ਕਿਉਂਕਿ ਵੀਡੀਓ ਜਦੋਂ ਡਾਇਲੋਗਸ ਦੀ ਸਾਨੂੰ ਸਮਝ ਆ ਜਾਂਦੀ ਹੈ ਕਿ ਹਾਂ ਇਹ ਐਗਰੈਸ਼ਨ ਵਾਲੇ ਪਾਸੇ ਨੂੰ ਜਾ ਰਹੀ ਆ। ਸੋ ਅਸੀਂ ਉੱਥੇ ਹੀ ਸਟੋਪ ਕੀਤਾ ਕਿ ਹਾਂ ਇਹਨੂੰ ਰਿਲਾਈਜੇਸ਼ਨ ਹੋ ਗਈ। ਅਤੇ ਹੈਪੀ ਰੱਖੜੀ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਲਾਈਕ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਅਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਯਾਰ ਤੁਸੀਂ ਆਉਂਦੇ ਹੋ, ਵੀਡੀਓ ਦੇਖਦੇ ਹੋ, ਚਲੇ ਜਾਂਦੇ ਹੋ, ਇੱਦਾਂ ਦੀਆਂ ਹਜੇ ਬਹੁਤ ਵੀਡੀਓਜ਼ ਆਉਣੀਆਂ ਨੇ ਜਿਹੜੀਆਂ ਕਿ ਤੁਸੀਂ ਮਿਸ ਕਰ ਦੋਗੇ ਜੇ ਫੋਲੋ ਨਹੀਂ ਕਰੋਗੇ। ਸੋ ਫੋਲੋ ਦਾ ਪੇਜ ਐਂਡ ਫਰੀ ਇੰਟਰਟੇਨਮੈਂਟ ਇੰਜੋਏ ਕਰੋ। ਥੈਂਕ ਯੂ ਸੋ ਮੱਚ, ਜਿਉਂਦੇ ਰਹੋ। ਵਾਸਦੇਵ ਤੋਂ ਕੁਛ ਕਹਿਣ ਲੱਗੇ? ਬਾਬਲ ਦੇ ਵਿਹੜੇ ਬਹੁਤ ਜਲਦੀ ਆ ਰਿਹਾ, ਅਤੇ ਉਹਨੂੰ ਜ਼ਰੂਰ ਸਾਡੀ ਵੈਬ ਸੀਰੀਜ਼ ਨੂੰ ਸਪੋਰਟ ਕਰਿਓ, ਕਿਉਂਕਿ ਸਾਡੀ ਮਿਹਨਤ ਬਹੁਤ ਲੱਗਦੀ ਪਈ ਆ। ਇੱਕ ਸੈੱਟ ਤੋੜ ਕੇ ਦੁਬਾਰਾ ਦੂਜਾ ਸੈੱਟ ਬਣਾਉਣਾ ਤੁਸੀਂ ਸਮਝ ਸਕਦੇ ਹੋ। ਹਾਂ ਬਿਲਕੁਲ, ਕਿਉਂਕਿ ਖੂਨ ਦਾ ਪਾਣੀ ਬੰਦ ਹੋਏ ਨੂੰ ਤਕਰੀਬਨ ਹਜੇ ਮੇਰੇ ਖਿਆਲ ਨਾਲ ਹੋ ਗਏ ਦਸ ਦਿਨ ਹੋ ਗਏ, ਅਤੇ 10 ਦਿਨ ਤੋਂ ਲਗਾਤਾਰ ਮਿਸਤਰੀ ਆਪਣਾ ਕੰਮ ਕਰ ਰਹੇ ਨੇਗੇ। ਜਦੋਂ ਹਟਣਗੇ ਫਿਰ ਕਲਰਿੰਗ ਦੀ ਵਾਰੀ ਆਉਣੀ ਆ, ਫਿਰ ਕਿਤੇ ਜਾ ਕੇ ਸ਼ੂਟ ਹੋਣਾ ਆ। ਸੋ ਸਪੋਰਟ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ। ਲਵ ਯੂ, ਜਿਉਂਦੇ ਰਹੋ, ਵੱਸਦੇ ਰਹੋ, ਪਰਿਵਾਰ ਜੋੜੀ ਰੱਖੋ, ਪਰਿਵਾਰ ਨੂੰ ਇੱਕ ਰੱਖੋ। ਥੈਂਕ ਯੂ।